ਜਿਵੇਂ ਕਿ ਤੁਹਾਨੂੰ ਨਕੋਦਰ ਦੀ ਹਰ ਪਲ ਦੀ ਖਬਰ ਦਿਖਾਈ ਜਾ ਰਹੀ ਹੈ, ਜੇਕਰ ਗੱਲ ਕਰੀਏ ਤਾਂ ਲੋਕ ਸਭਾ ਜਿਮਨੀ ਚੋਣਾਂ ਜਲੰਧਰ ਦੀਆਂ ਜਿਹੜੀਆਂ ਹੋਣ ਜਾ ਰਹੀਆਂ ਨੇ ਅਤੇ ਉਸੇ ਦੇ ਸੰਬੰਧ ਵਿੱਚ ਅੱਜ BJP ਦੀ ਇੱਕ ਮੀਟਿੰਗ ਵੀ ਹੋਈ ਹੈ ਜਿਸ ਦੇ ਵਿੱਚ ਕਈ ਆਗੂ ਹਾਜ਼ਰ ਵੀ ਸਨ ਅਤੇ ਪੰਕਜ ਢਿੰਗਰਾਈ ਜਿਹੜਾ ਜ਼ਿਲ੍ਹਾ ਜਲੰਧਰ ਦੇ ਆਤੀ ਪ੍ਰਧਾਨ ਬਣਾਏ ਗਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜੇ ਕੀ ਡਿਸੀਜਨ ਲਏ ਗਏ ਨੇ ਮੀਟਿੰਗ ਦੇ ਵਿੱਚ। ਦੇਖੋ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਕਿ ਜਲੰਧਰ ਲੋਕ ਸਭਾ ਜਿਮਨੀ ਚੋਣ ਦੀ ਜਿਹੜੀ ਡੇਟ ਡਿਕਲੇਅਰ ਹੋ ਗਈ ਹੈ ਉਸੇ ਲੋਕ ਸਭਾ ਦੀ ਤਿਆਰੀਆਂ ਸੰਬੰਧਿਤ ਅੱਜ ਨਕੋਦਰ ਵਿਧਾਨ ਸਭਾ। ਦੇਖੋ ਜ਼ਿਲ੍ਹਾ ਜਲੰਧਰ ਦਿਹਾਤੀ ਸਾਊਥ ਵਿੱਚ ਦੋ ਵਿਧਾਨ ਸਭਾ ਪੈਂਦੀਆਂ, ਇੱਕ ਨਕੋਦਰ ਵਿਧਾਨ ਸਭਾ ਔਰ ਇੱਕ ਸ਼ਾਹਕੋਟ ਵਿਧਾਨ ਸਭਾ। ਉਹਦੇ ਸੰਬੰਧਿਤ ਅੱਜ ਨਕੋਦਰ ਵਿਧਾਨ ਸਭਾ ਦੇ ਵਿੱਚ ਇੱਕ ਕਾਰਕਰਤਾ ਦੀ ਬੈਠਕ ਸੀਗੀ ਔਰ ਉਤਸ਼ਾਹ ਇੰਨਾ ਕਾਰਕਰਤਾ ਸੀਗਾ, ਬੈਠਕ ਨਹੀਂ ਇੱਕ ਰੈਲੀ ਦਾ ਰੂਪ ਧਾਰ ਲਿੱਤੀ ਇਸ ਬੈਠਕ ਨੇ। ਔਰ ਇਸ ਰੈਲੀ 'ਚ ਸਾਡੇ ਜਿਹੜੇ ਇੰਚਾਰਜ ਆ ਅਮਰਪਾਲ ਬੋਨੀ ਜੀ, ਜਿਹੜੇ ਸਾਬਕਾ MLA ਔਰ ਸਾਡੇ ਮਨਜੀਤ ਸਿੰਘ ਰਾਏ ਜਿਹੜੇ ਇਸ ਸਾਡੇ ਜ਼ਿਲ੍ਹੇ ਦੇ ਇੰਚਾਰਜ ਆ ਇਲੈਕਸ਼ਨਾਂ ਸੰਬੰਧਿਤ, ਉਹ ਅੱਜ ਇਹਦੇ 'ਚ ਮੌਜੂਦ ਰਹੇ। ਉਹਨਾਂ ਨੇ ਬੜੇ ਵਿਸਤਾਰ ਨਾਲ ਸਾਨੂੰ ਗੱਲਾਂ ਦਾ ਦੱਸਿਆ ਕਿ ਇਲੈਕਸ਼ਨਾਂ ਸੰਬੰਧਿਤ ਅਸੀਂ ਕੰਮ ਕਰਨਾ, ਉਹ ਅਸੀਂ ਉਹਨਾਂ ਦੇ ਜੋ ਸਾਨੂੰ ਪ੍ਰਦੇਸ਼ ਵੱਲੋਂ ਉਦੇਸ਼ ਅਸੀਂ ਉਹ ਕੰਮ ਕਰ ਰਹੇ ਹਾਂ। ਕੀ ਹਦਾਇਤਾਂ ਦਿੱਤੀਆਂ ਗਈਆਂ ਇਲੈਕਸ਼ਨ ਨੂੰ ਲੈ ਕੇ? ਦੇਖੋ ਇਲੈਕਸ਼ਨ ਸੰਬੰਧਿਤ ਕਾਰਕਰਤਾ ਨੂੰ ਇਕੱਠੇ ਹੋ ਕੇ ਜਿੰਨੇ ਕੁ ਦਿਨ ਹੈਗੇ ਆ ਉਹਨਾਂ 'ਚ ਇਕੱਠੇ ਹੋ ਕੇ ਹਰ ਬੂਥ 'ਤੇ ਕੰਮ ਕਰਨ ਵਾਸਤੇ ਉਹਨਾਂ ਨੇ ਸਾਨੂੰ ਕਿਹਾ ਔਰ ਸਾਡੀਆਂ ਟੀਮਾਂ ਬਣੀਆਂ, ਸਾਡੇ ਕੁਛ ਜ਼ਿਲ੍ਹਾ ਜਲੰਧਰ ਤੋਂ ਬਾਹਰ ਪੰਜਾਬ ਦੇ ਵੀ ਕੁਛ ਪ੍ਰਭਾਰੀ ਬਣਾਏ ਆ, ਉਹਨਾਂ ਨਾਲ ਵੀ ਅਸੀਂ ਬੈਠਕਾਂ ਕੀਤੀਆਂ ਹੈਗੀਆਂ। ਬਾਕੀ ਜੋ ਪਾਰਟੀ ਦੀ ਰੂਪ ਰੇਖਾ ਅਗਲੀ ਹੋਏਗੀ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਉੱਪਰ ਚੱਲਾਂਗੇ। ਸਾਡੇ ਨਾਲ ਅਮਿਤ ਵਿੱਜ ਜੀ ਨੇ, ਕਿਉਂਕਿ ਇਹ ਵੀ ਕਾਫੀ ਪੁਰਾਣੇ ਜਿਹੜੇ ਹੈਗੇ ਆ ਭਾਜਪਾ ਦੇ ਕਾਰਿਆਕਰਤਾ ਨੇ। ਅਮਿਤ ਜੀ, ਜੇਕਰ ਗੱਲ ਕਰੀਏ ਲੋਕ ਸਭਾ ਜਿਮਨੀ ਚੋਣਾਂ ਹੋ ਰਹੀਆਂ ਨੇ, ਕਿਸ ਤਰ੍ਹਾਂ ਦੇਖਦੇ ਆ? ਦੇਖੋ ਜੀ, ਇਸ ਸਮੇਂ ਜਿਹੜਾ ਆ ਬਿਗਲ ਜਿਹੜਾ ਉਹ ਵੱਜ ਚੁੱਕਾ। ਜਿਮਨੀ ਚੋਣਾਂ ਇਹ ਭਾਰਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਸੀਟ ਲੋਕ ਪਾਉਣਗੇ, ਕਿਉਂਕਿ ਉਹਦਾ ਕਾਰਨ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਸੈਂਟਰ ਦੇ ਅੰਦਰ ਬੜੇ ਵੱਡੇ ਬਹੁਮਤ ਨਾਲ ਚੱਲ ਰਹੀ ਹੈ। ਸਾਰਾ ਦੇਸ਼ ਵਾਸੀ ਔਰ ਜਲੰਧਰ ਦੇ ਲੋਕ ਇਸ ਗੱਲ ਤੋਂ ਜਾਣੂ ਨੇ, ਕਿਉਂਕਿ ਜੇ ਇੱਥੋਂ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਹੰਭਲਾ ਮਾਰ ਕੇ ਜੇ ਜਿਹੜੀ ਸੀਟ ਆ ਜੇ ਪਾਰਟੀ ਝੋਲੀ 'ਚ ਪਾ ਦਿੰਦੇ ਹਾਂ, ਤਾਂ ਮੈਂ ਇੱਕ ਦਾਅਵੇ ਨਾਲ ਗੱਲ ਕਰ ਦਿੰਦਾ ਕਿ ਛੋਟਾ ਜਿਹਾ ਕਾਰਿਆਕਰਤਾ ਪਾਰਟੀ ਦਾ ਹੋਣ ਕਰਕੇ ਇੱਕੋ ਵਿਕਾਸ ਨੁਹਾਰ ਜਲੰਧਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਕਿ ਜਿਹਦਾ ਕਿ ਪਾਰਟੀ ਪੂਰੀ ਸਾਡੀ ਹਾਈ ਕਮਾਂਡ ਪੂਰੀ ਲੀਡਰਸ਼ਿਪ ਪੱਬਾਂ ਭਾਰ ਪੰਜਾਬ ਦਾ ਕੰਮ ਕਰਨ ਵਾਸਤੇ, ਪੰਜਾਬ ਦਾ ਜੋ ਕਿ ਪੰਜਾਬ ਹਿੰਦੁਸਤਾਨ ਦਾ ਦਿਲ ਮੰਨਿਆ ਜਾਂਦਾ ਉਹ ਦਿਲ ਇਸ ਵੇਲੇ ਰੋ ਰਿਹਾ। ਪੁਨੀਤ ਜੀ, ਤੁਹਾਨੂੰ ਵੀ ਪਤਾ ਹੀ ਆ, ਕਿਉਂਕਿ ਸਾਡੇ ਨੌਜਵਾਨਾਂ ਦੀ ਹਾਲਤ, ਸਾਡਾ ਪਾਣੀ, ਹੋਰ ਇੱਦਾਂ ਦੇ ਵੱਖ ਵੱਖ ਕਈ ਮੁੱਦੇ ਨੇ ਜਿਹੜੇ ਕਿ ਮੈਂ ਕੀ ਦੱਸਣਾ ਸਾਰੇ ਜਾਣਦੇ ਨੇ। ਪੰਜਾਬ ਸਾਡਾ ਦਿਲ ਹੋਣ ਦੇ ਹਿੰਦੁਸਤਾਨ ਦੇ ਬਾਵਜੂਦ ਵੀ ਉਹਦੀ ਆਤਮਾ ਰੋ ਰਹੀ ਆ। ਸੋ ਅਸੀਂ ਇਸ ਪੰਜਾਬ ਦੀ ਧਰਤੀ ਲਈ ਸਿਰਫ ਕਹਿ ਕੇ ਨਹੀਂ, ਅਸੀਂ ਕਰਕੇ ਦਿਖਾਵਾਂਗੇ। ਔਰ ਤੁਹਾਨੂੰ ਮੈਂ ਦਾਅਵੇ ਨਾਲ ਕਹਿੰਦਾ, ਲੋਕ ਸਾਨੂੰ ਇੱਕ ਵਾਰੀ ਜਿਹੜੀ ਇਹ ਸੀਟ ਆ ਸਾਡੀ ਝੋਲੀ 'ਚ ਪਾਉਣ। ਔਰ ਸਿਰਫ ਇਹ ਜਿਹੜਾ ਮੈਡਟ ਹੋਣਾ ਆ ਸਿਰਫ 9 ਮਹੀਨੇ ਦਾ ਆ, ਕਿਉਂਕਿ ਇਹ ਬਾਏ ਇਲੈਕਸ਼ਨ ਆ, 9 ਮਹੀਨੇ ਵਾਸਤੇ ਜਿਹੜਾ ਆ ਸੰਸਦ ਚੁਣਿਆ ਜਾਣਾ, ਪਰ 9 ਮਹੀਨੇ ਦਾ ਹੀ ਅਸੀਂ ਸਮਾਂ ਕਹਿੰਦੇ। ਜੇ 9 ਮਹੀਨੇ ਦੇ ਕੰਮ ਤੁਹਾਨੂੰ ਲੋਕਾਂ ਨੂੰ ਸਾਡੇ ਪਸੰਦ ਆਉਣ, ਫਿਰ ਅਸੀਂ ਤੁਹਾਡੇ ਕੋਲ ਵੋਟ ਮੰਗਣ ਆਵਾਂਗੇ। 2024 ਵਾਸਤੇ ਨਹੀਂ ਤਾਂ ਅਸੀਂ ਨਹੀਂ ਆਵਾਂਗੇ। ਤੁਹਾਨੂੰ 9 ਮਹੀਨਿਆਂ ਦੇ ਵਿੱਚ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਪਾਰਟੀ ਕਿੰਨਾ ਪੰਜਾਬ ਦਾ ਹਿੱਤ ਸੋਚਣ ਦੇ ਵਾਸਤੇ ਪੱਬਾਂ ਭਾਰ ਆ ਭਾਜੀ, ਮੈਂ ਤਾਂ ਇਹੀ ਗੱਲ ਕਹੁੰਦਾ। ਇਹ ਸਨ ਭਾਜਪਾ ਦੇ ਕਾਰਿਆਕਰਤਾ ਅਤੇ ਇਹਨਾਂ ਵੱਲੋਂ ਕਿਹਾ ਗਿਆ ਹੈਗਾ ਜਿਹੜੀ ਲੋਕ ਸਭਾ ਸੀਟ ਹੈਗੀ ਆ ਜਲੰਧਰ ਦੀ ਉਹਨੂੰ ਅਸੀਂ ਜਿੱਤ ਕੇ ਜਿਹੜਾ ਗਾ ਭਾਜਪਾ ਦੀ ਝੋਲੀ ਪਾਵਾਂਗੇ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਸ ਪਾਰਟੀ ਨੂੰ ਇਹ ਜਿੱਤ ਪ੍ਰਾਪਤ ਹੁੰਦੀ ਹੈ। ਕੈਮਰਾ ਪਰਸਨ ਦੇ ਨਾਲ ਪਨੀਤ ਅਰੋੜਾ, ਨਕੋਦਾ। ਕਿਉਂਕਿ ਟਾਈਮ ਨਹੀਂ ਹੈਗਾ, ਸਭ ਤੋਂ ਪਹਿਲਾਂ ਆਪਾਂ ਪਾਰਟੀ ਦਾ ਝੰਡਾ ਜਿਹੜਾ ਉਹ ਤਾਂ ਝੰਡਾ ਲਹਿਰਾਉਣਾ, ਇੱਕ ਸੰਬੋਧਨ ਕਰਨਗੇ ਔਰ ਉਹਦੇ ਤੇ ਜਦੋਂ ਝੰਡਾ ਲਹਿਰਾਉਣ ਦਾ ਮਤਲਬ ਹੈ ਕਿ ਸਾਰੇ ਸਾਡੇ ਵਰਕਰ ਐਕਟੀਵੇਟ ਹੋ, ਸਾਡੇ ਵਰਕਰ ਸਾਰੇ ਉੱਥੇ ਸ਼ਮੂਲੀਅਤ ਕਰਨ। ਉਸ ਫੋਕਸ ਕਰ ਰਿਹਾ ਕਿ ਨਕੋਦਰ ਵਿਧਾਨ ਸਭਾ ਦੇ 252 ਪ੍ਰੋਗਰਾਮ ਹੋਣੇ ਚਾਹੀਦੇ, ਚਾਹੇ ਮੇਰੇ ਸਾਥੀ ਜਿਹੜੇ ਬਾਹਰੋਂ ਆਏ ਆ, ਚਾਹੇ ਜ਼ਿਲ੍ਹਾ ਪ੍ਰਧਾਨ ਜੀ, ਇਹ ਸਾਰਿਆਂ ਨੇ ਆਪਾਂ ਔਰ ਨਾਲ ਇਹ ਵੀ ਹੈਗਾ ਕਿ ਫਾਰਮੈਲਿਟੀ ਕਰਨੀ ਹੈ, ਪੂਰੇ ਯਸ਼ਨ ਦੇ ਨਾਲ ਮਨਾਉਣਾ, ਕਿਉਂਕਿ ਇੱਕ ਇਲੈਕਸ਼ਨ ਵੀ ਹੈ ਕਿ ਸਾਡਾ ਜਿਹੜਾ ਲੋਕਤੰਤਰ ਦਾ ਇੱਕ ਬਹੁਤ ਖੂਬਸੂਰਤ ਜਿਹੜਾ ਹੈ ਇੱਕ ਆਪਣਾ ਸਮਾਰੋਹ ਕਹਿੰਦੋ ਦੇਵੋ। ਜਦੋਂ ਜਨਤਾ ਪਾਰਟੀ ਦੇਸ਼ ਨੂੰ ਲੋੜ ਪਈ, ਕਿਉਂਕਿ ਆਪਾਂ ਕਹਿੰਦੇ ਹਾਂ ਸਭ ਤੋਂ ਪਹਿਲਾਂ ਦੇਸ਼, ਉਸ ਤੋਂ ਬਾਅਦ ਪਾਰਟੀ, ਪਾਰਟੀ ਤੋਂ ਬਾਅਦ ਸਭ ਨੂੰ ਅਸੀਂ
ਅਖੀਰ ਵਿੱਚ ਆਉਣੇ ਤਾਂ ਉਸ ਵੇਲੇ ਜਦੋਂ ਕਰ ਦਿੱਤੀ ਸੀ ਵਿਲੇ ਕਰ ਦਿੱਤੀ ਸੀ ਜਨਤਾ ਪਾਰਟੀ ਦੇ ਵਿੱਚ ਔਰ ਦੁਬਾਰਾ ਇਹ ਭਾਰਤੀ ਜਨਤਾ ਪਾਰਟੀ ਜਿਸ ਦੇ ਪਹਿਲੇ ਪ੍ਰਧਾਨ ਬਣੇ ਸੀ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਔਰ ਉਹਨਾਂ ਝੰਡਿਆਂ ਦਾ ਅਰੇਂਜਮੈਂਟ ਵੀ ਕਰਦੇ ਹੋ ਔਰ ਤਾਲਮੇਲ ਵੀ ਕਰਨਾ ਹੈ ਇਹ ਲਗਭਗ 252 ਪ੍ਰੋਗਰਾਮ ਇਹ ਸਾਰੇ ਹੋਣੇ ਆ ਇਹਨਾਂ ਦੇ ਇਹ ਇੱਕ ਟੀਮ ਵੀ ਬਣਾ ਦਿਓ ਜਿਹਦੇ ਵਿੱਚ ਜਿਹੜੇ ਸਾਰਿਆਂ ਦੇ ਨਾਲ ਤਾਲਮੇਲ ਕਰਨ ਔਰ ਇਸ ਤੋਂ ਇਲਾਵਾ ਜਿੱਥੇ ਵੀ ਤੁਸੀਂ ਪ੍ਰੋਗਰਾਮ ਰੱਖੋਗੇ ਸਾਡੀ ਜਿੱਥੇ ਵੀ ਸ਼ਮੂਲੀਅਤ ਹੈ ਸਾਡੀ ਡਿਊਟੀ ਲਾ ਦੇਣੀ ਅਸੀਂ ਉੱਥੇ ਹਰ ਹਰ ਜ਼ਿਲ੍ਹੇ ਉੱਥੇ ਹਾਜ਼ਰ ਹੋਵਾਂਗੇ ਸੋ ਇਸ ਕਰਕੇ ਮੇਰੀ ਇੱਕ ਬੇਨਤੀ ਹੈ ਜ਼ਿਲ੍ਹਾ ਪ੍ਰਧਾਨ ਨੂੰ ਝੰਡਿਆਂ ਦਾ ਪ੍ਰਬੰਧ ਕਰ ਲਓ ਜਿੰਨੇ ਵੀ ਆਪਣੇ ਪ੍ਰਧਾਨ ਜਿੰਨੇ ਵੀ ਕਾਰਕਰਤਾ ਵਰਕਰ ਹੈ ਕੋਈ ਪਾਰਟੀ ਦਾ ਅਹੁਦੇਦਾਰ ਹੈ ਕੋਈ ਸਾਡਾ ਪੁਰਾਣਾ ਅਹੁਦੇਦਾਰ ਹੈ ਸਾਰੇ ਆਪੋ ਆਪਣੇ ਪ੍ਰੋਗਰਾਮ ਉਹਨਾਂ ਉੱਥੇ ਸ਼ਾਮਿਲ ਹੋਣਾ ਜੇ ਇਹਨੇ ਆਪਣੇ ਘਰ ਵਿੱਚ ਚਲਾਉਣਾ ਤਾਂ ਉਹ ਪੂਰੇ ਮੁਹੱਲੇ ਨੂੰ ਨਾਲ ਸ਼ਾਮਿਲ ਕਰਕੇ ਚਾਹ ਪਾਣੀ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਪਿਆ ਕੇ ਤੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਉਹਦੇ ਜਿਹੜਾ ਪੁਸ਼ਪ ਆਪਣੇ ਫੁੱਲ ਸਮਰਪਿਤ ਕਰਦੇ ਆ ਨਾਲ ਉਹਨਾਂ ਦੇ ਜੀਵਨ ਦੇ ਬਾਰੇ ਔਰ ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਸਮਰਪਿਤ ਕਿਹੜੇ ਕਿਹੜੇ 5-6 ਪ੍ਰੋਗਰਾਮ ਕੀਤੇ ਆ ਚਾਹੇ हिस्सा बन जाए बनन जा रहे भारतीय जनता पार्टी भारतीय जनता पार्टी सीताराम जगेश कोहली जी सुखबीर निज्जर जी ਮਨਪ੍ਰੀਤ ਕਲੇਰ ਜੀ ਰੋਹਿਤ ਜੀ ਅਮਿਤ ਗਿੱਲ ਜੀ ਅਰਸ਼ ਜੀ ਗੋਰਾ ਜੀ ਸਾਰੇ ਹੀ ਯੁਵਾ ਮੋਰਚਾ ਦੇ ਸਾਥੀ ਜੋ ਕਿ ਬੀਜੇਪੀ ਸ਼ਾਮਲ ਹੋਣ ਜਾ ਰਹੇ ਨੇ इधर देखो एन मुंह करो भारतीय जनता पार्टी भारतीय जनता पार्टी ਮਨਜੀਤ ਰਾਜ ਦੀਆਂ ਨੂੰ ਪਤਾ ਮੈਂ ਉਦੋਂ ਦਾ ਪਾਰਟੀ ਚ ਹੁਣ ਮੇਰੀ 99 ਸਾਲ ਲੇਕਿਨ ਕੰਮ ਕਰੂੰਗਾ ਜਿਹੜੀ ਜਲੰਧਰ ਲੋਕ ਸਭਾ ਦੀ 22 ਇਲੈਕਸ਼ਨ ਆ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਬੈਠਕ ਕੀਤੀ ਔਰ ਆਉਣ ਵਾਲੇ ਦਿਨਾਂ 'ਚ ਸਾਡੇ 2 ਪ੍ਰੋਗਰਾਮ ਵੀ ਹੈ ਮਾਈਕ ਦੇ ਦੇਣਾ ਸੀ 6 ਅਪ੍ਰੈਲ ਨੂੰ ਪਾਰਟੀ ਦਾ ਸਥਾਪਨਾ ਦਿਵਸ ਹੈ ਔਰ ਦੂਸਰਾ ਇੱਕ ਪ੍ਰੋਗਰਾਮ ਜਿਹੜਾ 14 ਅਪ੍ਰੈਲ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਹੈ ਦੋਨੋਂ ਹੀ ਜਨਮ ਦਿਨ ਨੇ ਪਾਰਟੀ ਦਾ ਜਨਮ ਦਿਨ ਔਰ ਆਪਣੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਇਹ ਅਸੀਂ ਪੂਰੇ ਪੰਜਾਬ ਦੇ ਵਿੱਚ ਮੈਂ ਇਸ ਪਖਵਾੜੇ ਦਾ ਇੰਚਾਰਜ ਹੈਗਾ ਉਹਦੇ ਨਾਤੇ ਔਰ ਇਸ ਵਿਧਾਨ ਸਭਾ ਦਾ ਇਲੈਕਸ਼ਨ ਇੰਚਾਰਜ ਦੇ ਨਾਤੇ ਅਸੀਂ ਹਰੇਕ ਬੂਥ ਦੇ ਉੱਪਰ
हरेक मंडल और जिले के सारे प्रोग्राम करवा रहे हैं, जिन्हें झंडा लहराना उत्थे सारे वर्कर इकट्ठे होकर प्रधानमंत्री का संबोधन भी सुनगे। प्रधानमंत्री जी उस साढ़े नाल सानू दिशा निर्देश देंगे और इस तो अलावा जिन्हें भी साढ़े वर्कर ने आप पार्टी के वह सारे आप अपने घर झंडा लहराएंगे और इन कुछ जिलों के नाल असी तालमेल में जो इतों के लोकल वर्कर सहयोग देने वास्ते ड्यूटी लाई है उन्होंने भी अच्छ बुलाया से उन्होंने जिले जड़े आए आ उन्होंने कितने कितने ड्यूटी लानी है वह सारा कुछ असी अज इस मूवमेंट को एक्टिवेट करने वास्ते इस मैं समझदा कि अज बहुत भरवीं बैठक हुई है जिन्हें जिंदा सारा सिरा जे पंकज ढींगड़ा जी जिला प्रधान और उन्होंने टीम अमित विज उन्होंने सारे साथियों जाता है कि उन्होंने अज जिथे ये भरवीं बहुत वड्डी बैठक कराई है उन्हें नाल आम आदमी पार्टी तो मेरे ख्याल जो जनरल सैकटरी लैवल दे स्टेट लैवल का व्यक्ति जिन्हें शमूलियत की और इस तो अलावा नौजवानों ने मानयोग नरेंद्र मोदी जी तो उन्होंने नीतियां देखते हुए भारतीय जनता पार्टी के शमूलियत की है उन्होंने सारियां असी जी आए कहने और पार्टी के परिवार में उन्होंने मान सम्मान जोड़ा है वो उन्होंने पूरा दिता जाएगा और बाकी असी जनमानस के लोगों के एक गल दसना चाहते हैं कि ये जी लोग सभा भारतीय जनता पार्टी में वोट पाने की लोड़ क्यों है। कारण है कि पंजाब दे विच तुसीं देखिया है कि इत्थे तुहाडे नकोदर दे विच एक बहुत वड्डी घटना हुई है कि एक व्यक्ति नूं फरौती मंगी गई और उस तो बाद ना देते उन्हें गोली मार दी गई उहदे नाल उहदा साथी गनमैन भी सी उहनूं भी शहीद कर दिता गया। तो ये इस तरह के हालात ने और थाने के उपर कब्जा हो जाना और सारे शहरों के जितों लोगों को फोन आ रहे हैं फरौतियाँ भी आ रहे हैं फरौतियाँ लै रहे हैं और साडा सूबे का जिहड़ा मुख्यमंत्री वो जाता है बाहर बॉम्बे तो कहता भी लोगों आओ कारोबार करो साढ़े आन के पहला सानू साडी स्टेट वाले तो संभाली है और इनकी लोड़ क्यों है कि भारतीय जनता पार्टी दे। मैं उस दिन वेख्या मूसे वाले द पिता जी बोल रहे कि योगी वर्गा अपना मुख्यमंत्री चाहिए क्योंकि उन्होंने सारे जिन्हें गैंगस्टर जिन्हें होर भी है उन्होंने सारे जोड़े समाज विरोधी अंसर ने उन्होंने नत्थ पाई हुई यूपी के तो उनका जेड़ा भी भारतीय जनता पार्टी का लीडरशिप जिन्हों मुख्यमंत्री बनाएगी वो योगी जी वांगू ही काम करेगा और पूरा असी यकीन दोने उनके वास्ते एक जड़ा पहला जड़ा एक छोटा जो सैमीफाइनल गिली है कि वो उनके विच असी अपना इस लोग सभा तो भारतीय जनता पार्टी में जिताने तो आने वाले समय के 2027 जी विधानसभा फिर जरा भारतीय जनता पार्टी डबल इंजन की सरकार बनाएगी और ये जरूरत इस करके आ कि सारे पक्षों तो क्योंकि साडा सूबा जोड़ा है आर्थिक तौर पर बहुत कमजोर है और इन्हें भी लगभग कई हज़ार करोड़ का कर्जा जोड़ा दसा नौ दसा महीनों के ले लिया है और कोई डिवेलपमेंट का काम नहीं हो रहा। लोगों ने जोड़े वादे किए बीबिया हज़ार हज़ार रुपया दे देंगे होर भी इन्होंने अनेक प्रलोभन दिते सी उन्होंने प्रलोभन लोग आ गए लेकिन लोगों ने लोगों हुण लोग ठगे ठगे महसूस करते भी साढ़े ना होया की और उन्होंने पुराह नहीं दिसदा लॉ एंड ऑर्डर असी पार्टी के नाल डट के खड़े और पार्टी वास्ते जिन्ना जो भी होया परिवार वास्ते साढ़े परिवार का मैंबर गया है जो साढ़े साथी का भरा सीगा तो साडा भरा ही सीगा इस करके पार्टी उनके वास्ते जिन्ना भी वत्त वत्त हो सकती करेगी उनकी हैल्प करेगी परिवार की हैल्प करेगी उनके नाल हर तरह नाल मोढ़े नाल मोढ़ा जोड़ के परिवार के नाल असी खड़ांगे। सर लोग सभा दी चोणां आ रही किन्नियां तैयारियां हो चुकियां तैयारियां साडियां कि साडे देखो आडोडी ड्यूटियां ने जिहड़ी जिहड़ा पखवाड़े की मैं गल की है वो तो पूरे पंजाब की मैं गल दस सकता तो जिहड़ा साडा इत्थों दा नकोदर दा है नकोदर मैं और मेरे नाल अमरपाल जी बोनी साबका MLA ने और इधर मेरे नाल साबका ADGP RP मित्तल जी और संजीव सूद है असी तीन चार लोग जिहड़े आ जिन्हां नूं ड्यूटी में जिम्मेवारी मिली है मैं बतौर इलैक्शन इंचार्ज इस इलैक्शन के प्रभारी ने तो ये जिले प्रभारी ने इस करके कि सानू असी पहली बैठक की है 252 बूथ ने साडा काम है हुण हरेक बूथ के उपर फोकस करना और उतों
जिहड़ा जित प्राप्त करना तो उहदे विच असीं माहौल बनाउण वास्ते पासिओं वी जिहड़े वर्करां दी ड्यूटी लाई है फाजिलका तों मुक्तसर तों और जगराऊं तों लुधियाणा तों वी कुछ साथियों की ड्यूटी लाई है स्पैसिफिक जिहड़ा काम असीं उहनां तों लवांगे और बाकी इत्थों दे लोकल लोकां दा वी सहयोग करनगे। बीजेपी दी टिकट देखो पार्लीमेंट बोर्ड ने करना है और संभावना के बहुत जल्दी जड़ी है और टिकट तो देखो जे चोन निशान कमल का फुल होएगा टिकट किसी को भी मिले और जेड़ा भी पार्टी पार्लीमेंट बोर्ड जिन्हों देगी असी वो भावें साडा जेड़ा व्यक्ति आएगा वो चोन निशान कमल का फुल होएगा हरेक वास्ते चोन निशान कमल का फुल।